ਰਸੋਈ ਵਿੱਚ ਹਰ ਮੌਸਮ ਲਈ ਸਬਜ਼ੀਆਂ ਤੇ ਦਾਲਾਂ ਨੂੰ ਸਟੋਰ ਕੀਤਾ ਜਾਂਦਾ ਹੈ ਇਸ ਲਈ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਰਸੋਈ ਵਿੱਚ ਸਟੋਰੇਜ ਦੇ ਕੁਝ ਅਜਿਹੇ ਨੁਸਖੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸਬਜ਼ੀਆਂ ਤੇ ਦਾਲਾਂ ਨੂੰ ਸੁਰੱਖਿਤ ਰੱਖ ਸਕਦੇ ਹੋ ਕੀੜੇ ਮਕੌੜਿਆਂ ਤੋਂ ਬਚਾ ਸਕਦੇ ਹੋ ਜਿਵੇਂ ਕਿ ਸੁਸਰੀ ਵਗੈਰਾ ਲੱਗ ਜਾਂਦੀ ਹੈ ਨੰਬਰ 1 ਜੇਕਰ ਤੁਸੀਂ ਦਾਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਤੁਹਾਨੂੰ ਦਾਲ ਨੂੰ ਇੱਕ ਪਲੇਟ ਵਿੱਚ ਲੈ ਕੇ ਆਪਣੇ ਹੱਥਾਂ 'ਚ ਸਰੋਂ ਦਾ ਤੇਲ ਲੈ ਕੇ ਸਾਰੀ ਦਾਲ 'ਚ ਲਗਾਉਣਾ ਹੋਵੇਗਾ। ਅਜਿਹਾ ਕਰਨ ਨਾਲ ਦਾਲ ਮਹੀਨਿਆਂ ਤੱਕ ਖਰਾਬ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਨੁਸਖਾ ਕਾਲੇ ਛੋਲਿਆਂ ਨੂੰ ਲੰਬੀ ਸਮੇਂ ਤੱਕ ਸਟੋਰ ਕਰਨ ਲਈ ਵਰਤੋਗੇ ਤਾਂ ਬਹੁਤ ਹੀ ਵਧੀਆ ਹੈ। ਨੰਬਰ 2 ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਇੱਕ ਹੋਰ ਤਰੀਕਾ ਜਿਸ ਲਈ ਸਿਲਵਰ ਫੋਇਲ ਫਾਇਦੇਮੰਦ ਹੋਵੇਗਾ। ਸਿਲਵਰ ਫੋਇਲ ਨੂੰ ਰੋਟੀਆਂ ਨੂੰ ਟਿਫਿਨ ਚ ਪੈਕ ਕਰਨ ਲਈ ਵਰਤਿਆ ਜਾਂਦਾ ਹੈ ਉਸੇ ਸਿਲਵਰ ਫੋਇਲ ਨੂੰ ਛੋਟੇ ਟੁਕੜਿਆਂ ਵਿੱਚ ਕਟੋ ਅਤੇ ਇਸ ਨੂੰ ਆਪਣੇ ਦਾਲਾਂ ਦੇ ਡੱਬਿਆਂ ਵਿੱਚ ਰੱਖ ਦਿਓ ਕਿਉਂਕਿ ਅਜੀਹਾ ਕਰਨ ਨਾਲ ਦਾਲਾਂ ਨਹੀਂ ਖਰਾਬ ਹੋਣਗੀਆਂ ਨੰਬਰ 3 ਫਲ ਅਤੇ ਸਬਜ਼ੀਆਂ ਜਿਵੇਂ ਕਿ ਆਲੂ ਸੇਬ ਆਦਿ ਜਿਨ੍ਹਾਂ ਨੂੰ ਅਸੀਂ ਫ੍ਰੀਜ ਵਿੱਚ ਨਹੀਂ ਰੱਖਦੇ ਪਰ ਬਾਹਰ ਰੱਖਦੇ ਹਾਂ ਅਕਸਰ ਖਰਾਬ ਹੋ ਜਾਂਦੇ ਹਨ ਦੱਸ ਦਈਏ ਕਿ ਉਹਨਾਂ ਨੂੰ ਸਟੋਰ ਕਰਦੇ ਸਮੇਂ ਤੁਹਾਨੂੰ ਉਹਨਾਂ ਦੇ ਹਲੇ ਦwale ਅਖਬਾਰ ਦੀ ਟੁਕੜੇ ਰੱਖਣੇ ਚਾਹੀਦੇ ਹਨ ਕਿਉਂਕਿ ਇਹ ਜਿਹਾ ਕਰਨ ਨਾਲ ਫਲ ਅਤੇ ਸਬਜ਼ੀਆਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਜਿਵੇਂ ਤੁਸੀਂ ਜਾਣਦੇ ਹੋ ਕਿ ਘਰ 'ਚ ਮਹਿਮਾਨ ਆਉਣ ਵਾਲੇ ਹੋਣ ਮਹਿਮਾਨ ਹੋਣ ਸਮੇਂ ਅਸੀਂ ਉਹਨਾਂ ਦੇ ਸਾਹਮਣੇ ਖੁੱਲੇ ਬਿਸਕੁਟ ਰੱਖ ਦਿੰਦੇ ਹਾਂ ਨਮਕੀਨ ਦੇ ਪੈਕਟ ਦੇ ਵਿੱਚ ਰਹਿ ਜਾਂਦਾ ਹੈ ਪਰ ਇੱਕ ਵਾਰ ਬਿਸਕੁਟ ਦਾ ਪੈਕਟ ਖੋਲ੍ਹਿਆ ਜਾਂਦਾ ਹੈ ਇਸ ਨੂੰ ਵਾਪਸ ਨਹੀਂ ਰੱਖਿਆ ਜਾਂਦਾ ਅਤੇ ਅਕਸਰ ਬਿਸਕੁਟ ਗਿੱਲੇ ਹੋ ਜਾਂਦੇ ਹਨ ਅਜਿਹੇ 'ਚ ਤੁਹਾਨੂੰ ਬਚੇ ਹੋਏ ਬਿਸਕੁਟਾਂ ਨੂੰ ਏਅਰਟਾਈਟ ਕੰਟੇਨਰ ਵਿੱਚ ਰੱਖਣਾ ਚਾਹੀਦਾ ਹੈ ਪਰ ਸਟੋਰ ਕਰਨ ਤੋਂ ਪਹਿਲਾਂ ਇਸ ਡੱਬੇ ਵਿੱਚ ਚੋਲਾਂ ਦੇ ਕੁਝ ਦਾਣੇ ਪਾ ਦਿਓ ਦੱਸਦੀ ਏ ਕਿ ਇਹ ਨਮੀ ਨੂੰ ਬਿਸਕੁਟਾਂ ਵਿੱਚ ਦਾਖਲ ਨਹੀਂ ਹੋਣ ਦੇਵੇਗਾ ਨੰਬਰ 5 ਫ੍ਰਿਜ ਵਿੱਚ ਰੱਖੀਆਂ ਹੋਈਆਂ ਸਬਜ਼ੀਆਂ ਅਕਸਰ ਉੱਪਰੋਂ ਸੁੱਕਣ ਲੱਗ ਜਾਂਦੀਆਂ ਹਨ ਅਜਿਹੀ ਜੇਕਰ ਤੁਹਾਨੂੰ ਸਲਾਦ ਕੱਟਣਾ ਪਵੇ ਤਾਂ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਅਜਿਹੀ ਜ ਤੁਸੀਂ ਕੀ ਕਰਨਾ ਹੈ ਇੱਕ ਕਟੋਰੀ ਵਿੱਚ ਬਰਫ਼ ਪਾ ਕੇ ਇਨਾ ਵਿੱਚ ਸਬਜ਼ੀਆਂ ਨੂੰ ਰੱਖੋ ਤੁਹਾਡੀਆਂ ਸਬਜ਼ੀਆਂ ਸਲਾਦ ਬਿਲਕੁਲ ਤਾਜ਼ਾ ਰਹੇਗਾ ਜੇਕਰ ਇਹ ਜਾਣਕਾਰੀ ਛੋਟੇ ਛੋਟੇ ਟਿਪਸ ਚੰਗੇ ਲੱਗੇ ਹੋਣ ਅਪਣਾ ਕੇ ਜਰੂਰ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ